ਕੀ ਨਾਮ ਜੀ ਤੁਹਾਡਾ? ਕੁਲਵਿੰਦਰ ਕੌਰ। ਜਿਹੜੀ ਤੁਹਾਡੇ ਬ੍ਰਦਰ ਨਾਲ ਘਟਨਾ ਵਾਪਰੀ ਹੈ ਕੀ ਕਹੋਗੇ? ਜੀ ਉਹ ਦੁਪਹਿਰ ਦੇ ਟਾਈਮ ਮੁੰਡੇ ਨੂੰ ਲੈ ਕੇ ਗਏ ਸੀ ਘਰੋਂ, ਫਿਰ ਉਸ ਤੋਂ ਬਾਅਦ ਉੱਥੇ ਮੋਟਰ 'ਤੇ ਨਹਾਤੇ ਨੇ, ਫਿਰ ਉਸ ਤੋਂ ਬਾਅਦ ਉਹਨੂੰ ਨਸ਼ੀਲੀਆਂ ਆਹ ਚੀਜ਼ਾਂ ਦਿੱਤੀਆਂ ਨੇ ਔਰ ਫਿਰ ਉਹਨੂੰ ਮਾਰ ਦਿੱਤਾ ਵੀ, ਡੇਰੇ 'ਤੇ ਮਾਰ ਦਿੱਤਾ ਵੀ। ਕਿਹਨਾਂ ਦੇ ਡੇਰੇ 'ਤੇ ਜੀ? ਅਚਾਨੀ ਕਿਆਂ ਦੇ ਸਾਨੂੰ ਪਿੰਡ ਤੋਂ ਬਾਹਰ ਦੇ ਰਹੇ ਮੁੰਡੇ ਨਾਲ ਗਏ। ਕਿਹੜੇ ਮੁੰਡੇ ਨਾਲ ਗਏ ਨੇ? ਕਿਹੜੇ ਕਿਹੜੇ ਮੁੰਡੇ ਨਾਲ ਗਿਆ ਕੁਛ ਪਤਾ ਤੁਹਾਨੂੰ? ਲਾਡੀ ਨਾਮ ਹੈ ਇੱਕ ਮੁੰਡੇ ਦਾ, ਇੱਕ ਰਿੰਕੂ, ਇੱਕ ਨਾਲ ਗਏ ਮੁੰਡੇ ਨਾਲ ਤੇਰੇ ਨੇ ਮੁੰਡੇ, ਇੱਕ ਸੋਡੀ ਇਹ ਨਹਾਉਂਦੇ ਰਹੇ, ਇੱਕ ਗੋਗੀ, ਤੁਹਾਡੇ ਨਾਲ ਲੈ ਕੇ ਗਏ ਨੇ। ਤੁਹਾਡੇ ਬ੍ਰਦਰ ਨਾਲ ਕੀ ਉਹਨਾਂ ਦੀ ਕੋਈ ਦੁਸ਼ਮਣੀ ਸੀ ਜਾਂ ਵੈਸੇ ਕੀ ਸੀ? ਨਹੀਂ ਕੋਈ ਦੁਸ਼ਮਣੀ ਨਹੀਂ ਸੀ, ਕੋਈ ਵੈਰ ਨਹੀਂ ਸੀ। ਸੋਨੀ ਪਤਾ ਨਹੀਂ ਵੀਰੋ ਕਿਉਂ ਉਹਨਾਂ ਨੇ ਮਾਰਿਆ ਮੇਰੇ ਭਰਾ ਨੂੰ, ਮੈਨੂੰ ਤਾਂ ਇਨਸਾਫ ਚਾਹੀਦਾ ਸਰਕਾਰ ਤੋਂ, ਹੋਰ ਕੁਛ ਨਹੀਂ ਚਾਹੀਦਾ। ਨਵੀਂ ਪਾਰਟੀ ਜਿਹੜੀ ਬਣੀ ਮੈਨੂੰ ਤਾਂ ਇਨਸਾਫ ਚਾਹੀਦਾ ਮੈਨੂੰ ਮੇਰੇ ਭਰਾ ਦਾ। ਤੁਹਾਡਾ ਬ੍ਰਦਰ ਵਿਆਹਿਆ ਹੋਇਆ ਸੀ ਜਾਂ ਕੀ ਸੀ? ਨਹੀਂ ਐਤਵਾਰ ਦਾ ਉਹਦਾ ਵਿਆਹ ਸੀ, ਅਸੀਂ ਕੱਲ੍ਹ ਨੂੰ ਕੁੜੀ ਦੇਖਣ ਜਾਣਾ ਸੀ। ਨਾਲ ਹੀ ਚੁੰਨੀ ਚੜਾ ਸਾਨੂੰ ਕੁਛ ਨਹੀਂ ਚਾਹੀਦਾ। ਨਵੀਂ ਪਾਰਟੀ ਜਿਹੜੀ ਬਣੀ ਕੇਜਰੀਵਾਲ ਬਣੀ ਹੈ, ਭਗਵੰਤ ਮਾਨ ਬਣਿਆ, ਮੈਂ ਹੱਥ ਜੋੜ ਕੇ ਇਹੀ ਅਪੀਲ ਕਰਦੀ ਹਾਂ ਮੇਰੇ ਭਰਾ ਨੂੰ ਇਨਸਾਫ ਦੇਣਾ ਚਾਹੀਦਾ। ਜਿੱਥੇ ਤੱਕ ਮੇਰੀ ਵੀਡੀਓ ਜਾਂਦੀ ਮੇਰੀ ਮਦਦ ਕਰੋ, ਮੈਨੂੰ ਦੇਖੋ, ਆ ਕੇ ਮੇਰੇ ਘਰ ਦੇ ਹਾਲਾਤ ਦੇਖੋ ਔਰ ਮੇਰੀ ਮਾਂ ਦੇਖੋ, ਮੇਰੇ ਜਵਾਨ ਭਰਾ ਜਿਨ੍ਹਾਂ ਨੇ ਖੋਇਆ, ਕੜੀ ਤੋਂ ਕੜੀ ਉਹਨਾਂ 'ਤੇ ਸਜ਼ਾ ਕੀਤੀ ਜਾਏ। ਤੁਹਾਡਾ ਭਰਾ ਹੋਰ ਵੀ ਸੀ ਜਾਂ ਇਕੱਲੇ ਹੀ ਸੀ? ਜੀ ਨਹੀਂ, ਦੋ ਭਾਈ ਹੋਰ ਨੇ, ਇੱਕ ਛੋਟਾ, ਤਿੰਨ ਭਾਈ ਸੀ, ਉਹ ਸਭ ਤੋਂ ਵੱਡਾ ਸੀ, ਗਰੀਬ ਨੇ ਮਿਹਨਤ ਕਰਕੇ ਆਪਣੀ ਖਾਂਦੇ ਸੀ। ਮਨਪ੍ਰੀਤ ਨਾਂ ਜੀ ਮੁੰਡੇ ਦਾ, ਹੈਪਾ ਕਹਿੰਦੇ ਨੇ। ਜਿਹੜੇ ਮੁੰਡੇ ਲੈ ਕੇ ਗਏ ਨੇ, ਪੰਜ ਮੁੰਡੇ ਸੀ ਸਵੇਰ ਦੇ, ਇਹ ਸਫਾਈ ਲੈ ਕੇ ਆਏ ਨੇ, 5000 ਰੁਪਇਆ ਮੁੰਡਾ। ਕਾਹਦਾ ਕੰਮ ਕਰ ਲਈ? ਮਸ਼ੀਨ ਦਾ ਕੰਮ। ਅਤੇ 5000 ਚੋਂ 2500 ਰੁਪਈਆ ਮੇਰੇ ਘਰ ਦਿਆਂ ਦੇ ਕੇ ਗਏ। ਅੱਛਾ। ਹਾਂ, ਉਸ ਤੋਂ ਬਾਅਦ ਅਸੀਂ ਦਾਰੂ ਪੀਂਦੇ ਰਹੇ, ਸਾਰੀ ਦਿਹਾੜੀ ਦੇਖਦਾ ਰਿਹਾ, ਗੱਡੀ ਵੀ ਘੁੰਮਦੀ ਰਹੀ ਹੈ ਲੈ ਕੇ ਮੁੰਡਾ ਦਾ ਚੁੱਕੇ ਦਾ, ਅਤੇ ਦਾਰੂ ਵੀ ਮੇਰੇ ਗੁਆਂਢ ਪੀਂਦੇ ਰਹੇ ਨੇ। ਅੱਛਾ। ਹਾਂ, ਜਿਹੜੇ ਇਹ ਗਏ ਨੇ, ਤਿੰਨ ਮੁੰਡੇ ਮੇਰੇ ਘਰਦਿਆਂ ਨੇ ਵੀ ਦੇਖੇ ਨੇ, ਅਸੀਂ ਸੌਦਾ ਲੈਣ ਆਏ ਉਹ 2000 ਦੇ ਵਿੱਚੋਂ ਮੱਛੋੜੇ। ਹਾਂ, ਅਤੇ ਘਰਦਿਆਂ ਨੇ ਪੁੱਛਿਆ ਅਤੇ ਕਹਿੰਦੇ ਨੇ ਬਈ, ਕਹਿੰਦਾ ਲੈ ਉਹ ਜਾ ਕੇ ਸੌਦਾ, ਤਿੰਨ ਮੁੰਡੇ ਨਾਲ ਗਏ ਨੇ। ਉਸ ਤੋਂ ਬਾਅਦ ਤੈਨੂੰ ਲਾਸ਼ ਕਿੱਥੋਂ ਮਿਲੀ ਫਿਰ? ਲਾਸ਼ ਮਿਲੀ ਦੂਏ ਪਿੰਡ 'ਚੋਂ, ਮਿਲੀ ਖੇਤਾਂ ਵਿੱਚੋਂ। ਤੁਹਾਨੂੰ ਕੀ ਲੱਗਦਾ ਕੀ ਹੋਇਆ ਵਾ? ਤੁਹਾਨੂੰ ਕੀ ਲੱਗਦਾ ਵਾ ਕੀ ਮਾਰਿਆ ਕਿਸੇ ਨੇ ਕਿ ਮਰਿਆ ਵਾ, ਕਿੱਦਾਂ ਹੋਇਆ ਜੀ? ਕਿ ਮਾਰਿਆ ਗਿਆ ਜੀ, ਮਾਰਿਆ ਗਿਆ ਮੁੰਡਾ। ਹਾਂ, ਅਤੇ ਪੁਲਿਸ ਜਾਂਚ, ਕਿਸੇ ਪੁਲਿਸ ਨੇ ਅਰੈਸਟ ਕੀਤੇ ਬੰਦੇ? ਫੜੇ ਆ ਕੋਈ? ਫੜੇ ਆ ਜੀ, 5 ਮੁੰਡੇ ਰਾਤ ਦੇ ਫੜਾਏ ਨੇ। ਅਤੇ ਘੋੜੀਆਂ ਕਾਈਆਂ ਨੇ ਜਿਹੜੇ ਜਨਾਨੀਆਂ ਨਾਲ, ਉੱਥੇ ਪਤਾ ਲੱਗਿਆ ਜੋ ਘਰ ਗਿਆ ਮੁੰਡਾ ਮੇਰਾ ਛੋਟਾ ਨਾਲ ਲਾਸ਼ ਦਾ ਕੰਮ ਰਿਹਾ। ਆਹ ਮੁੰਡਾ ਨਾਲ ਇਹ ਕੰਮ ਕੀ ਕਰਦਾ ਸੀ ਮੁੰਡਾ? ਕੰਬਾਈਨ 'ਤੇ ਜਾਂਦਾ? ਕੰਬਾਈਨ 'ਤੇ ਜਾਂਦਾ। ਕਿੰਨੀ ਉਮਰ ਕਿੰਨੀ ਸੀ ਇਹਦੀ? 21 ਸਾਲ ਦੀ ਉਮਰ ਸੀ। 21 ਸਾਲ ਦੀ ਉਮਰ। ਵਿਆਹ ਕਰਨਾ ਸੀ ਤੁਹਾਨੂੰ? ਹਾਂ, ਵਿਆਹ ਐਤਵਾਰ, ਵਿਆਹ ਐਤਵਾਰ ਵਿਆਹ ਸੀ। ਤੁਸੀਂ? ਹਾਂ, ਦੁੱਧ ਦਾ ਦੁੱਧ ਹੋਣਾ ਚਾਹੀਦਾ, ਪਾਣੀ ਦਾ ਪਾਣੀ ਹੋਣਾ ਚਾਹੀਦਾ। ਹਾਂ, ਜਰੀ ਮੇਰੇ 5-7 ਮੇਰੇ ਬੁੜੀਆਂ ਵੀ ਦੇ, 5 ਮੇਰੀ ਨਿਗਾਹ 'ਚ ਨੇ। ਇਹਨਾਂ ਨੇ ਮਾਰਿਆ? ਹਾਂ, ਇਹਨਾਂ ਨੇ ਮਾਰਿਆ ਜੀ, ਇਕੱਠੇ ਦਾਰੂ ਪੀਂਦੇ ਰਹੇ ਨੇ, ਸਾਰਾ ਕੁਝ ਇਹ ਮੇਰੀ ਨਿਗਾਹ ਦੇ ਸਾਹਮਣੇ ਦਿਨੇ ਕਰਦੇ ਰਹੇ ਨੇ, ਗੱਡੀਆਂ ਘੁੰਮਦੀਆਂ ਰਹੀਆਂ ਨੇ। ਹਾਂ, ਠੀਕ। ਚਾਰ ਪਤਾ ਜੀ ਕੀ ਗੱਲ ਹੋਈ ਆ? ਅਸਾਨੀ ਮੁੰਡੇ ਸੱਦ ਕੇ ਲੈ ਗਏ ਨੇ ਘਰੋਂ, ਮੁੰਡੇ ਲੈ ਗਏ ਨੇ, ਮੁੜ ਕੇ ਘਰ ਨਹੀਂ ਮਿਲ ਆਇਆ। ਉਹੀ ਕਮਾਈ ਵਾਲਾ ਮੁੰਡਾ ਸੀ, ਉਹਦੇ ਸਿਰ 'ਤੇ ਮੈਂ ਬੈਠੀ ਸੀ, ਆਪਣੇ ਪੁੱਤਰ ਦੇ ਸਿਰ 'ਤੇ ਬੈਠੀ ਸੀ। ਪਿਓ ਮੇਰਾ ਬਲੀਚੇ ਕੰਮ ਸੀਗੇ, ਉਹ ਨਹੀਂ ਕੰਮ ਕਰਦੇ, ਉਹ ਮੈਨੂੰ ਲਿਆ ਕੇ ਦਿੰਦਾ ਸੀ, ਮੈਂ ਦਾਲ ਖਾਧੀ ਸੀ। ਕਿੰਨੀ ਕੁ ਉਮਰ ਸੀ ਤੁਹਾਡੇ ਬੇਟੇ ਦੀ? ਕਦੋਂ ਵਿਆਹ ਕਰਨਾ ਸੀਗਾ ਜੀ ਤੁਸੀਂ? ਹਾਂਜੀ, ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ, ਮੈਂ ਮਾਣਿਆਲ ਤੋਂ ਸਰਪੰਚ ਹਾਂ ਜੀ। ਇਹ ਕੀ ਰਾਤ ਵਾਕਿਆ ਤੁਹਾਡੇ ਪਿੰਡ ਜੀ? ਵਾਕਿਆ ਸਰ ਮੈਨੂੰ ਤਕਰੀਬਨ ਰਾਤ 10:30-11 ਵਜੇ ਸਮਝਪੁਰ ਦੇ ਬੰਦੇ ਆਏ ਸੀਗੇ, ਉਹ ਕਹਿੰਦੇ ਤੁਹਾਡੇ ਪਿੰਡ ਦਾ ਉੱਥੇ ਕੋਈ ਬੰਦਾ ਮਰਿਆ ਪਿਆ, ਅਤੇ ਮੈਂ ਉਹਦੇ ਨਾਲ ਹੀ ਉਹਦੇ ਮੋਟਰਸਾਈਕਲ 'ਤੇ ਬੈਠ ਕੇ ਚਲਿਆ ਗਿਆ ਸੀਗਾ। ਜਦ ਮੈਂ ਜਾ ਕੇ ਉੱਥੇ ਦੇਖਿਆ ਤਾਂ ਬਿਲਕੁਲ ਹੀ ਸਾਡੇ ਪਿੰਡ ਦਾ ਮੁੰਡਾ ਸੀ ਇਹ। ਕੀ ਨਾਂ ਸੀ ਇਹਦਾ? ਇਹਦਾ ਨਾਂ ਹੈਪਾ, ਹੈਪਾ ਕਹਿੰਦਾ ਜੀ, ਪੱਕਾ ਨਾਂ ਦਾ ਮੈਨੂੰ ਪਤਾ ਨਹੀਂ ਹੈਗਾ, ਅਤੇ ਜਦੋਂ ਉੱਥੇ ਜਾ ਕੇ ਦੇਖਿਆ ਪਛਾਣ ਇਹਦੀ ਕੀਤੀ ਅਤੇ ਹੈਪਾ ਜੀ ਕਹਿੰਦੇ ਸਾਡੇ ਪਿੰਡ ਦਾ ਜੀ। ਅਤੇ ਉਸ ਤੋਂ ਬਾਅਦ ਫਿਰ ਪੁਲਿਸ ਕਰਮਚਾਰੀ ਇੱਥੇ ਪਹੁੰਚੇ ਹੋਏ ਸੀਗੇ, ਉਹ ਅਸੀਂ ਵਿੱਚ ਡੈੱਡ ਬੋਡੀ ਮਾਛੋੜੇ ਥਾਣੇ ਪਹੁੰਚਾ ਤੀ। ਕੀ ਲੱਗਦਾ ਕੀ ਕਿਤੇ ਮਰਡਰ ਹੋਇਆ ਕਿ ਕੀ ਕੋਈ ਨਸ਼ਾ ਕਰਕੇ ਕਾਰਨ ਹੋਇਆ? ਓਵਰਡੋਜ਼ ਕਰਕੇ? ਸਾਰੇ ਬਾਰੇ ਤਾਂ ਮੈਂ ਕੁਛ ਵੀ ਨਹੀਂ ਕਹਿ ਸਕਦਾ, ਮੈਂ ਤਾਂ ਇਹਦਾ ਪੁਲਿਸ ਤੋਂ ਤੀਸ ਕਰ ਰਹੀ ਹੈ।
जो पुलिस की तफ्तीश के सामने होगा सामने की पिंड वासी की मांग करते पुलिस अभी तो पिंड वासी यही मांग करने भी इंसाफ होना चाहिए जो जो भी इन घटना वापरी है वो बंदे सजावा मिलनी चाहिए रात लेट नाइट 12 बजे तो बाद करीब एक एस एच ओ साहब को इनफॉर्मेशन आई थी कि कच्चे रस्ते से एक डेड बॉडी पई है तो वो डेड बॉडी रात जाके इन्होंने एस एच ओ साहब ने देखी विजय कुमार जी ने तो उस तो मगरों उनकी रात पर ला के शिनाख्त करवाई शिनाख्त कराने तो बाद जड़ा इनकी उनके परिवार को मिले पहलों थोड़ा जा सदमे सी उनके फादर के मनप्रीत के फादर के बयान से असी एफ आई आर दर्ज कर रहे हैं 302 आई पी सी के तहत जिन्हें जिंद गल सामने आई है कि मनप्रीत कल शराब पीने तो मगरों एक बेअंत तौर पर उनका भरा सरवण सिंह ने यह काफ़ी बदनाम परिवार है शुरू तो और चिट्टे का धंधा करते हैं और इन्हां दे कोलों शराब पीने तो मगरों मनप्रीत सिंह इन्हां दे घरे गया कुछ ये जिहड़ी लड़की है वो करैक्टर पक्षों भी ठीक नहीं तो उन्होंने घर इन्हें सरवण सिंह ने जो हुण तक गल सामने आई है और जो मृतक के बाप ने सानू दस्सिया कि उन्होंने टीका ला के इन्हू मारिया और इन्हें कल पैसे भी 5000 रुपया पिंड च जिथे काम करता उन्होंने तो लिया सी तो वो पैसों के लालच च इन्होंने उन्हों शराब के नशे चिट्टे का टीका ला के इनका मर्डर किया उनके फादर के बयान से 302 120 बी आई पी सी के असी एफ आई आर दर्ज कर ली है तो इनकी जी तफ्तीश है वो असी मैं भी मौके पर आया हुआ डूंघाई नाल असी कर रहे हैं और जल्दी असी मैं उम्मीद है कि अज रात सवेर तक जोड़े मुरजम ने इन्हों गिरफ़्तार करके सवेर तक सारे मुकदमे का सल्यूशन पड़ा ये फिलहाल फादर के बयान से बेअंत कौर के सरवण सिंह गुरलाल सिंह एक कला जितों चिट्टा वगैरह लेके आए हैं जो मनप्रीत के फादर ने जो दसा उनके बयान से 4 बंद के खिलाफ मुकदमा दर्ज फिलहाल किया इन्वेस्टिगेशन दे विच जे इन्दे विच कोई होर भी नाम सामने आया तो उन्होंने भी नाम दिखा मोटिव इन्दे विच ये पता लग्या कि इन्हें कल 5000 रुपया लिया सी वो इन्दे कोल सी तो यह शराब के नशे च उधर गया तो फिलहाल ये गल सामने आ रही है कि पैसों की खातर ही इन्हू मर दिता।